खून शहीदां तकदीर बदलदी कौमां दी इनकलाब दीप सिद्धू यह गल कहिंदा सी जिद्दे इनकलाब आया दुनिया नूं दिखूगा ਇਹ ਤੁਹਾਡੇ ਸਾਹਮਣੇ ਉਹ ਜਿਹੜਾ ਦੀਪ ਸੀਗਾ ਉਹ ਐਸਾ ਦੀਪ ਜਗਾ ਗਿਆ ਤੇ ਇਨਕਲਾਬ ਤੁਹਾਡੇ ਸਾਹਮਣੇ ਹੈ ਜੀ ਜੀ ਮੈਂ ਸਾਡੀ ਨੌਜਵਾਨੀ ਨੂੰ ਸਿਰਫ ਤਿੰਨ ਵਚਨ ਕਰਨਾ ਚਾਹੁੰਦਾ ਜੀ ਜੀ ਇੱਕ ਹੱਥ 'ਚੋਂ ਸ਼ਮਸ਼ੀਰ ਨਹੀਂ ਧਰਨੀ ਜੀ ਜੀ ਦੂਸਰਾ ਸਿਰ ਤੋਂ ਦਸਤਾਰ ਰੱਖਣੀ ਹੈ ਜੀ ਜੀ ਤੀਸਰਾ ਕੇਸਰੀ ਨਿਸ਼ਾਨ ਸਾਹਿਬ ਦੇ ਝੰਡੇ ਥੱਲੇ ਇਕੱਠਾ ਰਹਿਣਾ ਤੁਹਾਡਾ ਰਾਜ ਆਊਗਾ ਤੁਹਾਡਾ ਰਾਜ ਆਊਗਾ ਹੀ ਆਊਗਾ ਜੀ ਇਹ ਲਿਖ ਕੇ ਲੈ ਜੀ ਇਹ ਲੱਗਦਾ ਹੈ ਬਦਲਾਅ ਦੀ ਅੱਜ ਬਦਲਾਵ ਦਾ ਸ਼ੁਰੂ ਹੋ ਚੁੱਕਾ ਹੈ ਬਿਲਕੁਲ ਅੱਜ ਜਿਹੜੀ ਕ੍ਰਾਂਤੀ ਹੈ ਉਹ ਆ ਗਈ ਹੈ ਜੇ ਹੁਣ ਸਾਡੇ ਭਰਾ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਰਹਿਣ ਉਹ ਦਿਨ ਦੂਰ ਨਹੀਂ ਜਦੋਂ ਖਾਲਸੇ ਦਾ ਆਪਣਾ ਦੇਸ਼ ਹੋਊਗਾ ਜੀ ਜੀ ਬਾਬੇ ਲੱਗਦਾ ਕਿ ਜਿੱਦਾਂ ਦੀਪ ਸਿੱਧੂ ਤੋਂ ਬਾਅਦ ਜਿਹੜੇ ਲੋਕਾਂ ਦੇ ਵਿੱਚ ਜਾਗਰੂਕਤਾ ਵੀ ਵਧੀ ਹੈਗੀ ਹੈ ਹਾਂਜੀ ਬਿਲਕੁਲ ਜੀ ਤੁਸੀਂ ਆਪ ਦੇਖ ਸਕਦੇ ਹੋ ਪੈਰ ਧਰਨ ਨੂੰ ਜਗ੍ਹਾ ਨਹੀਂ ਸਾਨੂੰ ਖੁਦ ਨੂੰ 3 ਘੰਟੇ ਹੋ ਗਏ ਜਿਹੜੇ ਅਸੀਂ ਜਾਮ ਤੇ ਬੰਦੇ ਨੂੰ ਇਹ ਸਾਰਾ ਬਾਈ ਦੀਪ ਦੀ ਕੁਰਬਾਨੀ ਹੈ ਜਿਹੜੀ ਉਹਦਾ ਸੱਚ ਸੀਗਾ ਲੋਕਾਂ ਦੇ ਸਾਹਮਣੇ ਹੁਣ ਉਹ ਸੱਚ ਦੀ ਜਿੱਤ ਹੋਈ ਹੈ ਉਹ ਯੋਧੇ ਦੀਆਂ ਸਾਹਮਣੇ ਤਸਵੀਰਾਂ ਲੱਗੀਆਂ ਜਿਹੜੇ ਇਹਨੂੰ ਗਦਾਰ ਕਹਿੰਦੇ ਸੀ ਉਹਨਾਂ ਨੂੰ ਕੁੱਤਾ ਨਹੀਂ ਪੁੱਛਦਾ ਪੰਜਾਬ ਸਿਮਰਜੀਤ ਮਾਨ ਵੀ ਕਾਫੀ ਸਪੋਰਟ ਮਿਲੀ ਜਿੱਤਣਗੇ ਜੀ ਤੁਹਾਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਕੋਈ ਆਮ ਇਨਸਾਨ ਨਹੀਂ ਉਹ ਐਡਾ ਪੜ੍ਹਿਆ ਲਿਖਿਆ ਬੰਦਾ ਪੰਜਾਬ 'ਚ ਕੋਈ ਨਹੀਂ ਹੈ ਜੇ ਸਰਦਾਰ ਸਿਮਰਜੀਤ ਸਿੰਘ ਮਾਨ ਇਸ ਵਾਰ ਵੀ ਹਾਰ ਜਾਂਦੇ ਆ ਫਿਰ ਤਾਂ ਚੱਪਣੀ 'ਚ ਨੱਕ ਡਬੋ ਕੇ ਮਰ ਜਾਓ ਹੋਰ ਤਾਂ ਕੁਛ ਹੈ ਨਹੀਂ ਲੱਗਦਾ ਸਰਕਾਰ ਦੀ ਤੂੰ ਕਿਹਾ ਵੀ ਬੇਸ਼ਵਨ ਤੁਹਾਡੀ ਸਹੀ ਰਹੀ ਹੈ ਇਸ ਵਾਰ ਕੀ 10 ਮਾਰਚ ਨੂੰ ਕੀ ਲੱਗਦਾ ਨਹੀਂ ਉਹ ਪਰਮੇਸ਼ਰ ਹੀ ਕਿਰਪਾ ਕਰਨਗੇ ਆਪਾਂ ਉਹ ਗੱਲ ਤੇ ਹਜੇ ਕੋਈ ਗੱਲ ਨਹੀਂ ਕਰਨੀ ਬਸ ਇਹੀ ਆ ਵੀ ਦੇਖੋ ਮੇਰੇ ਸਾਰੇ ਨੌਜਵਾਨਾਂ ਨੂੰ ਸਿੱਖ ਨੌਜਵਾਨਾਂ ਨੂੰ ਬੇਨਤੀ ਹੈ ਤੁਹਾਨੂੰ ਕਿਸੇ ਨੇ ਹੱਕ ਨਹੀਂ ਦੇਣੇ ਤੁਹਾਨੂੰ ਇਹਨੇ ਹੱਕ ਦੇਣੇ ਆ ਇਹੀ ਦੀਪ ਅੱਜ ਜਿੰਨੇ ਭਰਾ ਸਾਡੇ ਉਰੇ ਆਏ ਹੈ ਪਹਿਲੀ ਗੱਲ ਤਾਂ ਸਿਰਾਂ 'ਤੇ ਪੱਗਾਂ ਬੜੀ ਵਧੀਆ ਗੱਲ ਹੈ ਦੂਸਰੀ ਹੱਥਾਂ 'ਚ ਸ਼ਮਸ਼ੀਰ ਰੱਖੋ ਤੀਸਰਾ ਮੇਰੀ ਬੇਨਤੀ ਹੈ ਕੇਸਰੀ ਨਿਸ਼ਾਨ ਸਾਹਿਬ ਝੰਡੇ ਦੇ ਥੱਲੇ ਇਕੱਠੇ ਰਹੋ ਅੱਜ ਮੇਰੇ ਤੋਂ ਲਿਖਾ ਕੇ ਲੈ ਜਾਓ ਮੈਂ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਵਚਨ ਕਰਦਾ ਜੇ ਇੰਨੇ ਤੁਸੀਂ ਬੰਦੇ ਇਕੱਠੇ ਰਹੇ ਸ਼ਮਸ਼ੀਰਾਂ ਤੁਹਾਡੇ ਹੱਥ 'ਚ ਹੋਈਆਂ ਤਾਂ 5 ਸਾਲ ਨਹੀਂ ਲੱਗਣੇ ਖਾਲਸੇ ਦਾ ਆਪਣਾ ਦੇਸ਼ ਹੋਊਗਾ ਬਾਬਾ ਜੀ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਜਿਹੜਾ ਸਾਡਾ ਪੰਜਾਬ ਦਾ ਨੌਜਵਾਨ ਬੜਾ ਭਟਕਦਾ ਰਹਿੰਦਾ ਹੈਗਾ ਇਹ ਜਿਹੜੀ ਸੋਚ ਇੱਕ ਦਿਨ ਵਾਸਤੇ ਨਾ ਕਿਤੇ ਸਾਬਤ ਹੋਵੇ ਨਹੀਂ ਨਹੀਂ ਜੀ ਇਹ ਕਾਰਨ ਕੀ ਆ ਇਹ ਬਹੁਤ ਵੱਡੀਆਂ ਪਾਲਿਸੀਆਂ ਸੀ NDPC ਐਕਟ ਲਿਆ ਕੇ ਸਾਡੇ ਨੌਜਵਾਨਾਂ ਨੂੰ ਜਿਵੇਂ ਕਿ ਮੰਨ ਲਓ ਆ ਸਾਡੇ ਮੈਂ ਬੰਦੇ ਨੂੰ ਜਾਣਦਾ ਕਿਲੋ ਭੁੱਕੀ ਪਿੱਛੇ 2 ਸਾਲ ਜੇਲ੍ਹ ਕੱਟ ਕੇ ਆਇਆ ਇਹ ਕਿੱਧਰਲਾ ਇਨਸਾਫਾ ਜੇ ਕਿਸੇ ਕੋਲ ਅੱਧਾ ਕਿਲੋ ਭੁੱਕੀ ਫੜੀ ਜਾਂਦੀ ਆ ਉਹਨੂੰ ਪੁਲਿਸ ਉਹਦੇ ਪੁੜੇ ਕੁੱਟੀ ਜਾਂਦੀ ਆ 50,000 ਰੁਪਇਆ ਲੈ ਕੇ ਛੱਡਦੇ ਨੇ ਇਸ ਚੀਜ਼ਾਂ ਜਿਹੜੀ ਕਿ ਸੰਤ ਜਰਨੈਲ ਸਿੰਘ ਭਿੰਡਰ ਵਾਲਿਆਂ ਨੇ ਕਿਹਾ ਸੀ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ 16ਵੀਂ ਮੰਗ ਕਿ ਤੁਸੀਂ ਅਫੀਮ ਅਤੇ ਭੁੱਕੀ ਖਾਣ ਵਾਲਿਆਂ ਦੇ ਕਾਰਡ ਬਣਾ ਦਿਓ ਆਉਣ ਵਾਲੀ ਜਵਾਨੀ ਨਸ਼ੇ ਤੋਂ ਬਚ ਜੂਗੀ ਪਰ ਜਿਵੇਂ ਬਾਈ ਜੀ ਤੁਹਾਡੇ ਤੋਂ ਦਾਤਨ ਖੋ ਕੇ ਤੁਹਾਨੂੰ ਕੋਲਗੇਟ ਅਤੇ ਬ੍ਰਸ਼ ਦੇ ਦਈਏ ਤੁਹਾਨੂੰ ਕਰਨਾ ਪਊਗਾ ਨਾ ਸਾਡੇ ਤੋਂ ਰਵਾਇਤੀ ਚੀਜ਼ ਖੋ ਕੇ ਸਾਨੂੰ ਚਿੱਟੇ ਅਤੇ ਸ਼ਰਾਬਾਂ ਦੇਤੀਆਂ ਨੌਜਵਾਨ ਲੱਗ ਗਏ ਕਦੇ ਵੀ ਨਸ਼ਾ ਪੰਜਾਬ 'ਚੋਂ ਖਤਮ ਨਹੀਂ ਹੋ ਸਕਦਾ ਇੱਕੋ ਇੱਕ ਚੀਜ਼ ਆ ਨਸ਼ਾ ਜਿਹੜੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੇਸਰੀ ਨਿਸ਼ਾਨ ਸਾਹਿਬ ਦੇ ਜਦੋਂ ਥੱਲੇ ਆ ਗਏ ਸਾਰੇ ਬੰਦੇ ਇਕੱਠੇ ਹੋ ਗਏ ਫਿਰ ਪਰਮੇਸ਼ਰ ਜ਼ਰੂਰ ਕਿਰਪਾ ਕਰਨਗੇ ਦੀਪ ਦੀਆਂ ਬਹੁਤ ਸਾਰੇ ਨੌਜਵਾਨਾਂ ਨੇ ਸ਼ਰਟਾਂ ਪਾਈ ਉੱਤੇ ਦੀਪ ਦੀ ਫੋਟੋ ਹੈਗੀ ਹੈ ਤਾਂ ਲੱਗਦਾ ਇਹ ਦੀਪ ਜਗਦਾ ਰਹੇਗਾ ਜੀ ਤਾਂ ਜਗਦਾ ਹੀ ਰਹੇਗਾ ਅਮਰ ਸ਼ਹੀਦ ਦੀਪ ਸਿੰਘ ਜਿੰਦਾਬਾਦ ਹੀ ਹੈ ਤੇ ਜਿੰਦਾਬਾਦ ਹੀ ਰਹੂਗਾ ਤੇ ਜਿੰਦਾਬਾਦ ਹੀ ਸੀਗਾ ਤੇ ਸੰਯੁਕਤ ਕਿਸਾਨ ਮੋਰਚੇ ਦੀ ਸੱਚਾਈ ਸਿਰਫ 2 ਬੰਦਿਆਂ ਨੇ ਦੱਸੀ ਇੱਕ ਦੀਪ ਸਿੱਧੂ ਨੇ ਇੱਕ ਮੈਂ ਲੱਖੇ ਨੇ ਜ਼ਰੂਰ ਗੱਲ ਕੀਤੀ ਪਰ ਲੱਖਾ ਬਾਅਦ 'ਚ ਉਹਨਾਂ ਨਾਲ ਹੋ ਗਿਆ ਲੱਖੇ ਨੂੰ ਜਿੰਨਾ ਸਟੈਂਡ ਬਾਈ ਦੀਪ ਨਾਲ ਲੈਣਾ ਚਾਹੀਦਾ ਸੀ ਨਹੀਂ ਲਿਆ ਮੇਰੀਆਂ ਸਾਰੀਆਂ ਇੰਟਰਵਿਊਆਂ ਦੇਖ ਲਓ ਮੈਂ ਇੱਕੋ ਗੱਲ ਕਹਿੰਦਾ ਰਿਹਾ ਦੀਪ ਸਿੱਧੂ ਵਰਗਾ ਯੋਧਾ ਬੰਦਾ ਹੀਰਾ ਬੰਦਾ ਪੜ੍ਹਿਆ ਲਿਖਿਆ ਬੰਦਾ ਖੜਨ ਵਾਲਾ ਬੰਦਾ ਸਟੈਂਡ ਵਾਲਾ ਬੰਦਾ ਪੰਜਾਬ 'ਚ ਨਹੀਂ ਹੈਗਾ ਲੱਗਦਾ ਨਹੀਂ ਉਹਨੂੰ ਹੀਰੇ ਨੂੰ ਹੀ ਦੇਰ ਨਾਲ ਪਛਾਣਿਆ ਇਹ ਤਾਂ ਰਵਾਇਤ ਤਾਂ ਦੁਨੀਆ ਦੀ ਬਾਈ ਜੀ ਸੰਤ ਜਰਨੈਲ ਸਿੰਘ ਭਿੰਡਰ ਵਾਲਿਆਂ ਦੀ ਦਸ਼ਮੇਸ਼ ਪਾਰਟੀ ਬਣ ਗਈ ਸੀ ਕਾਂਗਰਸ ਨੇ ਕਹਿਤਾ ਸੀ ਵੀ ਜਿੰਨਾ ਚਿਰ ਤੂੰ ਜਿਉਂਦਾ ਰਹੇਂਗਾ ਤੇ ਪੰਜਾਬ ਦਾ CM ਰਹੇਂਗਾ ਉਹ ਇਨਸਾਨ ਨੇ ਆਪਣੇ ਆਪ ਨੂੰ ਸੱਚਾ ਦਿਖਾਉਣ ਖਾਤਰ ਸ਼ਹਾਦਤ ਪਾਈ ਹੈ ਇਹੀ ਕੰਮ ਦੀਪ ਨਾਲ ਹੋਇਆ ਦੀਪ ਵੀ ਕਹਿੰਦਾ ਸੀਗਾ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਮਰਨਾ ਪੈਂਦਾ ਇਨਸਾਨ ਕਦੇ ਵੀ ਜਿਉਂਦੇ ਜੀ ਬੰਦੇ ਦੀ ਕਦਰ ਨਹੀਂ ਕਰਦਾ ਮਰਨ ਤੋਂ ਬਾਅਦ ਕਰਦੇ ਨੇ ਜੇ ਜਿਉਂਦੇ ਜੀ ਕਦਰ ਪੈਣ ਲੱਗ ਜੇ ਹੁਣ ਨੂੰ ਖਾਲਸੇ ਦਾ ਇੱਕ ਆਪਣਾ ਦੇਸ਼ ਹੁੰਦਾ ਆਪਾਂ ਸੰਤਾਂ ਦੇ ਨਾਲ ਦੀਪ ਨੂੰ ਜੋੜ ਕੇ ਦੇਖ ਸਕਦੇ ਬਿਲਕੁਲ ਸੰਤ ਜਰਨੈਲ ਸਿੰਘ ਭਿੰਡਰ ਵਾਲਿਆਂ ਨੇ ਦੇਖੋ ਉਦੋਂ ਬਾਅਦ 'ਚ ਕਿਉਂ ਨਹੀਂ ਜੋ ਜੋੜਨਾ ਦੇਖ ਕੇ ਚਾਹੀਦਾ ਦੇਖਣਾ ਜਿਹੜੇ ਕਹਿੰਦੇ ਨੇ ਸੰਤ ਜਰਨੈਲ ਸਿੰਘ ਭਿੰਡਰ ਵਾਲਿਆਂ ਦੀ ਸੋਚ ਆ ਹੁਣ ਉਹ ਥੋੜ੍ਹੀ ਆ ਵੀ ਬੰਦੂਕਾਂ ਚੱਕੀ ਖੜੇ ਨੇ ਤਾਂ ਤੁਹਾਡੇ ਗੋਲੀਆਂ ਮਾਰਨਗੇ ਹੁਣ ਤਾਂ ਸਮਾਂ ਬਦਲ ਗਿਆ ਬਾਈ ਜੀ ਤੁਹਾਨੂੰ ਜ਼ਹਿਰ ਪਾ ਕੇ ਸ਼ਹੀਦ ਕਰ ਸਕਦੇ ਆ ਤੁਹਾਡਾ ਐਕਸੀਡੈਂਟ ਕਰਾ ਸਕਦੇ ਆ ਬਹੁਤ ਚੀਜ਼ਾਂ ਨੇ ਅੱਜ ਕੱਲ੍ਹ ਉਹ ਟਾਈਮ ਨਹੀਂ ਹੈ ਵੀ ਗੋਲੀ ਮਾਰ ਕੇ ਤੁਹਾਨੂੰ ਨਾਲਿਆਂ 'ਚ ਸੁੱਟ ਦੇਣਗੇ ਉਹ 84 ਦਾ ਟਾਈਮ ਖਤਮ ਹੋ ਗਿਆ ਬਿਲਕੁਲ ਸੰਤ ਬਾਬਾ ਜਰਨੈਲ ਸਿੰਘ
ਪਿੰਡਰਾਣਾ ਦੇ ਵਾਰਸ ਨੇ ਦੀਪ ਸਿੱਧੂ ਤੇ ਉਹਨਾਂ ਦੀ ਸੋਚ ਤੇ ਪੂਰੇ 100% ਖਰੇ ਉਤਰ ਸ਼ੱਕ ਹੈਗਾ ਜੀ ਰੋਡ ਹਾਦਸੇ 'ਚ ਬਿਲਕੁਲ ਜੀ ਤਾਂ ਹੈ ਹੀ ਮਰਡਰ ਹੈ ਸ਼ੱਕ ਕਾਹਦਾ 'ਚ ਹੈ ਹੀ ਮਰਡਰ ਹੈ ਤਾਂ ਇਹਦਾ ਜੇ ਪੂਰੀ ਜਾਣਕਾਰੀ ਹੋਵੇ ਦਸਵੇਂ ਪਾਤਸ਼ਾਹ ਕਿਰਪਾ ਕਰਨ ਬਹੁਤ ਕੁਛ ਨਿਕਲੂ ਇਹਦੇ ਵਿੱਚੋਂ ਪਰ ਇਹ ਜਿਹੜੀ ਦੇਖੋ ਜੀ ਇਹ ਤਾਂ ਜੇ ਦੀਪ ਸਿੱਧੂ ਜੇ ਦੀਪ ਸਿੱਧੂ ਨੇ ਲਾੜੀ ਮੌਤ ਵਿਆਹੀ ਤਾਂ ਅੱਜ ਹੀ ਲੱਖਾਂ ਦੀ ਦੁਨੀਆਂ 'ਚ ਇਕੱਠ ਹੈ ਕ੍ਰਾਂਤੀ ਉਹਦੀ ਆਉਂਦੀ ਆ ਜਦੋਂ ਇੱਕ ਸ਼ਹੀਦ ਦਾ ਖੂਨ ਧਰਤੀ ਨੂੰ ਟੱਚ ਕਰਦਾ ਉਦੋਂ ਉਬਾਲ ਉੱਠਦਾ ਹੁੰਦਾ ਤਾਂ ਹੀ ਇਹ ਚੀਜ਼ਾਂ ਲਿਖੀਆਂ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਇਹ ਤਕਦੀਰ ਤੁਹਾਡੇ ਸਾਹਮਣੇ ਬਦਲ ਰਹੀ ਆ ਹੁਣ ਸਾਡੇ ਨੌਜਵਾਨਾਂ ਨੂੰ ਇਹ ਸੁਚੇਤ ਰਹਿਣਾ ਚਾਹੀਦਾ ਇੱਥੇ ਏਜੰਸੀਆਂ ਪਾਲਿਸੀਆਂ ਬੜੀਆਂ ਇੱਥੇ ਆਈਆਂ ਉਹਨਾਂ ਨੇ ਬੜਾ ਗੁੰਮਰਾਹ ਪ੍ਰਚਾਰ ਕਰਨਾ ਤੁਹਾਡੇ ਹੱਥ ਬੰਨ ਕੇ ਬੇਨਤੀ ਹੈ ਦੀਪ ਦੀ ਸੋਚ 'ਤੇ ਰਹੋ ਅਤੇ ਕੇਸਰੀ ਨਿਸ਼ਾਨ ਸਾਹਿਬ ਦੇ ਝੰਡੇ ਦੇ ਥੱਲੇ ਰਹੋ ਹੋਰ ਵੀ ਸੋਚ ਹੈ ਕਿ ਯੂਥ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈਗਾ ਬਿਲਕੁਲ ਜੀ ਦੇਖੋ ਮੇਰੀ ਗੱਲ ਸੁਣੋ ਨਸ਼ਾ ਇੰਗਲੈਂਡ 'ਚ ਆਪਣੇ ਨੂੰ ਵੱਧ ਹੈ ਅਮਰੀਕਾ 'ਚ ਆਪਣੇ ਨੂੰ ਵੱਧ ਹੈ ਕੈਨੇਡਾ 'ਚ ਆਪਣੇ ਨੂੰ ਵੱਧ ਹੈ ਕਾਰਨ ਕੀ ਆ ਮੁੱਢ ਕਦੀਮੋਂ ਜਦ ਤੋਂ ਸ੍ਰਿਸ਼ਟੀ ਬਣੀ ਆ ਜਦ ਤੋਂ ਇਨਸਾਨ ਮਦਹੋਸ਼ ਹੋਣਾ ਚਾਹੁੰਦਾ ਇਨਸਾਨ ਆਨੰਦ ਲੈਣਾ ਚਾਹੁੰਦਾ ਨਸ਼ਾ ਕਦੇ ਵੀ ਖਤਮ ਨਹੀਂ ਹੋ ਸਕਦਾ ਨਸ਼ੇ ਦਾ ਰੂਪ ਬਦਲ ਸਕਦਾ ਸਮਝਗੇ ਮੇਰੀ ਗੱਲ ਨੂੰ ਜਿਵੇਂ ਮੰਨ ਲੈ ਕੇ ਜੇ ਅਫੀਮ ਅਤੇ ਭੁੱਕੀ ਜਿਹੜੇ ਪੁਰਾਣੇ 50-50 ਸਾਲ ਪਹਿਲਾਂ ਹੁੰਦੀ ਸੀ ਜੇ ਉਹੀ ਅੱਜ ਰਹਿੰਦੀ ਅੱਜ ਸਾਡੇ ਚਿੱਟਾ ਸਮੈਕ ਗੋਲੀਆਂ ਇਹ ਚੀਜ਼ਾਂ ਨਾ ਆਉਂਦੀਆਂ 20 ਲੱਖ ਬੰਦਾ ਪੰਜਾਬ ਦਾ ਟਰਾਮਾਡੋਲ ਖਾਂਦਾ ਬਾਈ ਜੀ ਹਾਂਜੀ ਮੈਂ ਮੱਥਾ ਟੇਕਿਆ ਬਾਈ ਜਿੱਥੋਂ ਤੱਕ ਇਹ ਮਸਲਾ ਹੈਗਾ ਜਦੀਪ ਸਿੱਧੂ ਦੀ ਅੰਤਮ ਅਰਦਾਸ ਸੀ ਜਿੱਥੇ ਬਹੁਤ ਸਾਰੇ ਸੰਗਤਾਂ ਵੀ ਪਹੁੰਚੀਆਂ ਲੇਕਿਨ ਮਸਲਾ ਇਹ ਆ ਕਿ ਕੀ ਜਿਹੜੀਆਂ ਗੱਲਾਂ ਦੀਪ ਸਿੱਧੂ ਕਰ ਗਿਆ ਉਸ 'ਤੇ ਜਿਹੜੀ ਅੱਜ ਲੋਕ ਪਹੁੰਚੇ ਨੇ ਉਹਨੂੰ ਸ਼ਰਧਾਂਜਲੀ ਭੇਟ ਕਰਨਗੇ ਉਹ ਪੈਰਾ ਦਿੰਦੇ ਰਹਿਣਗੇ ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ ABC ਪੰਜਾਬ ਫਤਿਹਗੜ੍ਹ ਸਾਹਿਬ